ਦੇਖੋ ਬਿਲਕੁਲ ਸੈਕਟਰ 34 ਚੰਡੀਗੜ੍ਹ ਦੇ ਬਿਲਕੁਲ ਵਿਚਕਾਰ ਕਿਸਾਨਾਂ ਨੇ ਧਰਨਾ ਲਾਇਆ ਸੀ ਔਰ ਹੁਣ ਕਿਸਾਨ ਇੱਕ ਚੀਜ਼ ਦੇਖਣੀ ਬੜੀ ਇੱਥੇ ਦਿਲਚਸਪ ਲੱਗੀ ਕਿ ਐਲਾਨ ਕੀਤਾ ਗਿਆ ਸੀ ਕਿ 2 ਵਜੇ ਧਰਨਾ ਸਮਾਪਤ ਹੋਵੇਗਾ। ਯਕੀਨ ਮੰਨਿਓ ਪੂਰੇ 2 ਵਜੇ ਮੰਚ ਦੀ ਕਾਰਵਾਈ, ਮੰਚ 'ਤੇ ਸਾਰਾ ਕਾਰਵਾਈ ਚੱਲ ਰਹੀ ਸੀ। 2 ਵਜੇ ਤੱਕ ਇਹ ਜਿੱਥੇ ਸੀ ਪੰਡਾਲ ਦੇ ਵਿੱਚ ਮੌਜੂਦ ਆ, ਪੰਡਾਲ ਭਰਿਆ ਸੀ। ਪੂਰੇ 2 ਵਜੇ ਸਮਾਪਤੀ ਕਰ ਦਿੱਤੀ ਗਈ ਔਰ ਪੂਰੇ 2 ਵਜੇ ਕਿਸਾਨਾਂ ਨੇ ਸਟੇਜ ਬੰਦ ਕੀਤੀ, ਟਰਾਲੀਆਂ ਵੱਲ ਜਾਣੇ ਸ਼ੁਰੂ ਹੋਏ। ਹੁਣ ਤੁਹਾਨੂੰ ਤਸਵੀਰ ਦਿਖਾਉਣੇ ਆ, ਪਿੱਛੇ ਦੇਖੋ ਜਿਹੜਾ ਮੰਚ, ਥੋੜ੍ਹੀ ਦੇਰ ਪਹਿਲਾਂ ਤੱਕ ਇਹ ਮੰਚ ਸੀ ਜਿੱਥੇ ਕਿਸਾਨ ਆਗੂ ਬੈਠੇ ਸੀ, ਬੋਲ ਰਹੇ ਸੀ, ਪਰ ਹੁਣ ਟਰਾਲੀ ਬਣ ਗਈ ਹੈ ਮੰਚ ਦੀ। ਯਾਨੀ ਇਹ ਪੱਕਾ ਪ੍ਰਬੰਧ ਕੀਤਾ ਹੋਇਆ, ਟਰਾਲੀ ਨੁਮਾ ਮੰਚ ਹੈ, ਜਿਹੜਾ ਉਰਲੇ ਪਾਸੇ ਵਾਲਾ ਹਿੱਸਾ ਇਹ ਥੱਲੇ ਆ ਜਾਂਦਾ, ਖੁੱਲ੍ਹ ਜਾਂਦਾ ਔਰ ਇਹ ਪੂਰਾ ਬਣਿਆ ਤਣਿਆ ਮੰਚ ਹੈ, ਜਿਸ ਨੂੰ ਜਦੋਂ ਇੱਥੋਂ ਇਕੱਠਾ ਕਰ ਲੈਂਦੇ ਨੇ ਤਾਂ ਟਰਾਲੀ ਬਣ ਜਾਂਦਾ ਅਤੇ ਜਦੋਂ ਕਿਤੇ ਸਟੇਜ ਲਾਉਣੀ ਹੈ ਤਾਂ ਉਦੋਂ ਇਹਦਾ ਮੰਚ ਬਣਾ ਲਿਆ ਜਾਂਦਾ। ਹੁਣ ਪੰਡਾਲ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ। ਪੰਡਾਲ ਦੇਖੋ ਪੂਰੀ ਤਰ੍ਹਾਂ ਤੁਹਾਨੂੰ ਇੱਥੇ ਖਾਲੀ ਨਜ਼ਰ ਆ ਰਿਹਾ। ਹੁਣ ਇੱਥੇ ਹੁਣ ਕੋਈ ਨਹੀਂ ਹੈ ਕਿਉਂਕਿ ਕਿਸਾਨ ਇੱਥੋਂ ਚਾਲੇ ਪਾ ਰਹੇ ਨੇ ਘਰਾਂ ਵੱਲ ਨੂੰ। ਉਹ ਤਸਵੀਰ ਤੁਹਾਨੂੰ ਹੁਣ ਦਿਖਾਉਣ ਲੈ ਚੱਲਦੇ ਹਾਂ ਬਾਹਰ ਪੰਡਾਲ ਤੋਂ, ਜਿੱਥੇ ਕਿਸਾਨ ਟਰੈਕਟਰਾਂ ਟਰਾਲੀਆਂ ਦੇ ਵਿੱਚ, ਹਾਲਾਂਕਿ ਜ਼ਿਆਦਾਤਰ ਹਿੱਸਾ ਤੁਸੀਂ ਦੇਖੋ ਕਿ ਹਾਲੇ 15 ਮਿੰਟ ਹੋਏ ਆ, ਮਹਿਜ਼ 15 ਮਿੰਟਾਂ ਦੇ ਵਿੱਚ ਕਰੀਬ 75 ਤੋਂ 80% ਜਿਹੜੇ ਕਿਸਾਨ ਨੇ ਉਹ ਇੱਥੋਂ ਰਵਾਨਾ ਹੋ ਗਏ, ਚਾਲੇ ਪਾ ਦਿੱਤੇ। ਇਹ ਮੈਂ ਤਾਂ ਵੀ ਦੱਸ ਰਿਹਾ ਕਿ ਜਥੇਬੰਦੀ ਉਗਰਾਹਾਂ ਜਿਹੜੀ ਆ, ਇਸ ਨੂੰ ਡਿਸਿਪਲਨ ਜਥੇਬੰਦੀ ਦੇ ਤੌਰ 'ਤੇ ਦੇਖਿਆ ਜਾਂਦਾ ਕਿ ਇਹਨਾਂ ਦੇ ਜਿਹੜੇ ਵਰਕਰ ਨੇ ਜਾਂ ਜਿਹੜੇ ਇਹਨਾਂ ਦਾ ਪੂਰੇ ਦਾ ਪੂਰਾ ਸੰਗਠਨ ਹੈ ਉਹ ਇੱਕ ਡਿਸਿਪਲਨ ਦੇ ਵਿੱਚ ਰਹਿੰਦਾ। ਉਹੀ ਚੀਜ਼ ਅੱਜ ਇੱਥੇ ਦੇਖਣ ਨੂੰ ਮਿਲੀ। ਤੁਸੀਂ ਦੇਖੋ ਕਿ ਮਹਿਜ਼ 15 ਮਿੰਟ ਦੇ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਤੋਂ ਪੰਜਾਬ ਵੱਲ ਨੂੰ ਚਾਲੇ ਪਾ ਦਿੱਤੇ ਇਹਨਾਂ ਨੇ। ਆਹ ਦੇਖੋ ਜਿਹੜੀ ਬੱਸ ਹੈ ਉਹ ਹੁਣ ਤਿਆਰ ਖੜ੍ਹੀ ਆ, ਤਾਂ ਬਹੁਤ ਘੱਟ ਵਹੀਕਲ ਤੁਹਾਨੂੰ ਅਗਲੇ ਪਾਸੇ ਜ਼ਰੂਰ ਕੁਝ ਵਹੀਕਲ ਖੜ੍ਹੇ ਨੇ, ਟਰੈਕਟਰ ਟਰਾਲੀਆਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਚੱਲ ਪਏ ਨੇ ਤਾਂ ਕਿ ਪੰਜਾਬ ਦੇ ਵੱਲ ਜਾਇਆ ਜਾਵੇ। ਇੱਧਰ ਦੇਖੋ ਯਾਦਗਾਰੀ ਤਸਵੀਰ ਖਿਚਾ ਰਹੇ ਨੇ ਜਿੱਦਾਂ ਇਹ ਕਿਸਾਨ ਕਿ ਭਾਈ ਚੰਡੀਗੜ੍ਹ ਦੇ 34 ਦੇ ਵਿੱਚ ਧਰਨਾ ਲਾਇਆ ਸੀ ਤਾਂ ਇੱਕ ਯਾਦਗਾਰੀ ਤਸਵੀਰ ਇਹਨਾਂ ਕਿਸਾਨਾਂ ਦੀ ਦੇਖੋ। ਤਾਂ ਇਹ ਇਸ ਤਰ੍ਹਾਂ ਦੀਆਂ ਤਸਵੀਰਾਂ ਹੁਣ ਇੱਥੇ ਨਜ਼ਰ ਆ ਰਹੀਆਂ ਨੇ ਕਿਉਂਕਿ ਕਿਸਾਨ ਕਹਿੰਦੇ ਨੇ ਕਿ ਜਿਹੜਾ ਟੀਚਾ ਲੈ ਕੇ ਆਏ ਸੀ ਉਸ ਟੀਚੇ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਔਰ ਹੁਣ ਇੱਥੋਂ ਚਾਲੇ ਪਾਏ ਨੇ। ਅੱਗੇ ਤਸਵੀਰਾਂ ਤੁਹਾਨੂੰ ਹੋਰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਦਿਖਾ ਦਈਏ ਕਿ ਕਲੀਅਰ, ਕਿਉਂਕਿ ਲੋਕਾਂ ਨੇ ਜਿਹੜੇ ਚੰਡੀਗੜ੍ਹ ਦੇ ਵਿੱਚ ਦੀ ਲੰਘਣਾ ਜਾਂ ਜਿਹੜੇ ਚੰਡੀਗੜ੍ਹ ਵਾਲੇ ਨੇ ਉਹਨਾਂ ਨੂੰ ਕਲੀਅਰ ਹੋ ਜੂਗਾ ਕਿ ਅੱਜ ਉਹਨਾਂ ਨੂੰ ਇਹਨਾਂ ਸੜਕਾਂ 'ਤੇ ਦਿੱਕਤ ਤਾਂ ਨਹੀਂ ਆਉਣ ਵਾਲੀ। ਥੋੜ੍ਹਾ ਸਮਾਂ ਮੈਨੂੰ ਲੱਗਦਾ ਕਿ ਕਰੀਬ ਅੱਧਾ ਘੰਟਾ ਜਾਂ 1 ਘੰਟਾ ਜਿਹੜੀ ਸੈਕਟਰ 34 ਦੇ ਦੋਨੇ ਪਾਸੇ ਵਾਲੀਆਂ ਸੜਕਾਂ ਨੇ, ਇੱਕ ਸੱਜੇ ਵਾਲੀ ਇੱਕ ਖੱਬੇ ਵਾਲੀ, ਇੱਕ 34-33 ਇੱਕ 34-35, ਇਹ ਦੋ ਸੜਕਾਂ ਜਿਹੜੀਆਂ ਨੇ ਇੱਥੇ ਥੋੜ੍ਹਾ ਟ੍ਰੈਫਿਕ ਮਿਲੇਗਾ। ਬਾਕੀ ਚੰਡੀਗੜ੍ਹ ਜਿਹੜਾ ਥੋੜ੍ਹੀ ਦੇਰ ਬਾਅਦ ਕਲੀਅਰ ਲੱਗਿਆ। ਦੇਖੋ ਬੱਸ ਰਵਾਨਾ ਹੋਈ ਆ, ਆਹ ਦੇਖੋ ਲਓ ਜੀ ਹੱਥ ਲਾਉਂਦੇ ਹੋਏ ਜਾ ਰਹੇ ਨੇ ਕਿਸਾਨ ਕਿਉਂਕਿ ਇਹਨਾਂ ਨੇ ਚਾਲੇ ਪਾ ਦਿੱਤੇ ਨੇ। ਦੇਖੋ ਆਪਦੇ ਪਿੰਡ ਵੱਲ ਜਾ ਰਹੇ ਨੇ, ਬਜ਼ੁਰਗ ਨੇ ਪਿੱਛੇ, ਨੌਜਵਾਨ ਬੈਠੇ ਨੇ, ਇਸ ਤਰ੍ਹਾਂ ਦੀਆਂ ਤਸਵੀਰਾਂ। ਇੱਕ ਆਹ ਬੱਸ ਹੈ ਜੀ ਜਿਸ ਦੇ ਵਿੱਚ ਸਵਾਰ ਹੋ ਰਹੇ ਨੇ ਲੋਕ ਕਿਸਾਨ ਜਿਹੜੇ ਨੇ ਕਿਉਂਕਿ ਇੱਥੋਂ ਪੰਜਾਬ ਵੱਲ ਨੂੰ ਆਪਣੇ ਆਪਣੇ ਇਲਾਕਿਆਂ ਵੱਲ ਨੂੰ ਚਾਲੇ ਪਾਉਣੇ ਆ ਇਹਨਾਂ ਕਿਸਾਨਾਂ ਨੇ, ਤਾਂ ਬੱਸਾਂ ਦੇ ਰਾਹੀਂ ਇੱਥੋਂ ਗੱਡੀਆਂ ਦੇ ਰਾਹੀਂ ਟਰੈਕਟਰਾਂ ਟਰਾਲੀਆਂ ਦੇ ਰਾਹੀਂ ਰਵਾਨਾ ਹੋ ਰਹੇ ਨੇ। ਇੱਧਰ ਦੇਖੋ ਗੱਡੀਆਂ ਝੱਡੇ ਲੱਗੇ ਹੋਏ ਇਹ ਤਿਆਰ ਖੜੀਆਂ ਨੇ, ਪਿੱਛੇ ਕੁਝ ਬੱਸਾਂ ਜਿਹੜੀਆਂ ਨੇ ਉਹ ਤਿਆਰ ਖੜੀਆਂ ਨੇ। ਦੇਖੋ ਬਿਲਕੁਲ ਤੁਹਾਨੂੰ ਇੱਕ ਤਸਵੀਰ ਦਿਖਾਉਣੇ ਆ, ਡਿਸਿਪਲਿਨ ਦੀ ਆਪਾਂ ਗੱਲ ਕਰ ਰਹੇ ਸੀ। ਦੇਖੋ ਇਹ ਇੱਕ ਵਲੰਟੀਅਰ ਕਹਿ ਲਓ ਜਾਂ ਕਿਸਾਨ ਆਗੂ ਕਹਿ ਲਓ ਜਿਹੜੇ ਆਪਣੇ ਪੱਧਰ 'ਤੇ ਹੁਣ ਸੜਕ 'ਤੇ, ਕਿਉਂਕਿ ਕਿਸਾਨ ਜਾ ਰਹੇ ਨੇ ਤਾਂ ਸੜਕ 'ਤੇ ਕੋਈ ਜਾਮ ਨਾ ਲੱਗੇ, ਜਿਹੜੇ ਆਮ ਲੋਕ ਨੇ ਉਹਨਾਂ ਨੂੰ ਦਿੱਕਤ ਨਾ ਆਵੇ, ਤਾਂ ਇੱਕ ਵਲੰਟੀਅਰ ਦੇ ਤੌਰ 'ਤੇ ਕੰਮ ਕਰ ਰਹੇ ਨੇ। ਬਾਈ ਜੀ ਮੈਂ ਅੱਗੇ ਜ਼ਿਕਰ ਕਰ ਰਿਹਾ ਸੀ ਕਿ ਬੜੀ ਡਿਸਿਪਲਿਨ ਵਾਲੀ ਤੁਹਾਡੀ ਜਥੇਬੰਦੀ ਮੈਂ ਦੇਖੀ, 2 ਵਜੇ ਕਹਿੰਦੇ ਚਾਲੇ ਪਾ ਦਿੰਦੇ ਆ ਤਾਂ ਰਾਈਟ 2 ਵਜੇ ਔਰ 15-20 ਮਿੰਟਾਂ ਦੇ ਵਿੱਚ ਅੱਧੋਂ ਜ਼ਿਆਦਾ ਸੰਗਤ ਜਿਹੜੀ ਉੱਥੋਂ ਰਵਾਨਾ ਹੋ ਗਈ। ਇੰਨਾ ਡਿਸਿਪਲਿਨ, ਔਰ ਕੀ ਲੱਗਦਾ ਕਿ ਇਸ ਡਿਸਿਪਲਿਨ ਦੇ ਚੱਲਦੇ ਹੀ ਤੁਸੀਂ ਚੰਡੀਗੜ੍ਹ ਤੱਕ ਪਹੁੰਚ ਸਕੇ?
ਮਟਕਾ ਚੌਂਕ ਤੱਕ ਪ੍ਰਦਰਸ਼ਨ ਕਰਕੇ ਆਏ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਦੇ ਨਾਲ ਇੱਕ ਸਖਾਵੇਂ ਮਾਹੌਲ ਦੀ ਸਾਰਥਕ ਮੀਟਿੰਗ ਕਰਕੇ ਚੱਲੇ ਹੋ? ਬਿਲਕੁਲ, ਤੁਸੀਂ ਸਟੇਜ 'ਤੇ ਸੁਣਿਆ ਹੋਣਾ, ਪਰ ਸਾਡੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ ਨੇ ਸਟੇਜ 'ਤੇ ਇਹ ਕਿਹਾ ਵੀ ਜਿਹੜੀ SSP ਸਾਹਿਬ ਮੈਡਮ ਹੈ ਚੰਡੀਗੜ੍ਹ ਸਿਟੀ ਦੀ, ਉਹਨਾਂ ਨੇ ਤਾਰੀਫ ਕਰੀ ਹੈ ਵੀ ਜਿਹੜਾ ਤੁਸੀਂ ਮਾਰਚ ਕੀਤਾ ਹੈ ਮਟਕਾ ਚੌਂਕ ਤੱਕ, ਉਹ ਤੁਹਾਡੇ ਵਲੰਟੀਅਰਾਂ ਨੇ ਡਿਊਟੀ ਕੀਤੀ ਹੈ। ਕਿਉਂਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਦੋ ਹੀ ਚੀਜ਼ਾਂ ਨਾਲ ਜਾਣੀ ਜਾਂਦੀ ਹੈ, ਜਾਬਤਾ, ਅਨੁਸ਼ਾਸਨ, ਡਿਸਿਪਲਿਨ। ਕਿਉਂਕਿ ਸਾਡੇ ਪ੍ਰਧਾਨ ਜੀ ਖੁਦ ਫੌਜ ਦੇ ਵਿੱਚ ਸੇਵੀ ਨੇ ਨੌਕਰੀ ਕਰਕੇ ਆਏ ਨੇ, ਮੈਂ ਵੀ ਫੌਜ ਦੇ ਵਿੱਚ 22 ਸਾਲ ਨੌਕਰੀ ਕਰਕੇ ਆਇਆ। ਸਾਡੇ ਬਹੁਤ ਸਾਡੀ ਜਥੇਬੰਦੀ ਦੇ ਵਿੱਚ ਫੌਜ ਦੇ ਵਿੱਚੋਂ ਮੁਲਾਜ਼ਮ ਜਿਹੜੇ ਉਹ ਰਿਟਾਇਰ ਹੋ ਕੇ ਹੁਣ ਉਹ ਕੰਮ ਕਰ ਰਹੇ ਨੇਗੇ। ਇਸ ਕਰਕੇ ਜਿਹੜੀ ਸਾਡੇ ਜਥੇਬੰਦੀ ਦਾ ਜਾਬਤਾ ਹੈ ਅਤੇ ਸਾਡੀ ਜਥੇਬੰਦੀ ਦਾ ਫੰਡਾਂ ਦਾ ਹਿਸਾਬ, ਇਸ ਕਰਕੇ ਸਾਡੀ ਜਥੇਬੰਦੀ ਅੱਜ ਬਰੋਟੇ ਦੀਆਂ ਲਗਰਾਂ ਵਾਂਗੂ ਵੱਧਦੀ ਜਾ ਰਹੀ ਹੈ, ਕਿਉਂਕਿ ਸਾਡਾ ਡਿਸਿਪਲਿਨ ਹੈ। ਅੱਛਾ, ਇੱਕ ਚੀਜ਼ ਹੋਰ ਕਿ ਜਦੋਂ ਇਹ ਗਰਾਊਂਡ ਪੂਰਾ ਖਾਲੀ ਹੋ ਜਾਏਗਾ ਉਸ ਤੋਂ ਬਾਅਦ ਵੀ ਤੁਹਾਡੀ ਕੋਈ ਟੀਮ ਇੱਥੇ ਕੰਮ ਕਰੇਗੀ ਕਿ ਜਿਵੇਂ ਕਿਸੇ ਕਿਸਮ ਦੀ ਸਾਫ਼ ਸਫਾਈ ਜਾਂ ਜਿਹੜੇ ਲੋਕਲ ਲੋਕਾਂ ਦੇ ਵਿੱਚ ਕੋਈ ਗਲਤ ਮੈਸੇਜ ਨਾ ਜਾਵੇ? ਬਿਲਕੁਲ ਜੀ, ਆਹ ਸਾਡੀ ਡਿਊਟੀ ਲੱਗੀ ਹੋਈ ਹੈ, ਅਸੀਂ ਉਹ ਸਾਡੀ ਆਹ ਗੱਡੀ ਖੜੀ ਹੈ, ਅਸੀਂ ਉਹ ਬਾਅਦ ਦੇ ਵਿੱਚ ਸਾਰੀ ਉਰੇ ਆਹ ਜਨਰੇਟਰਾਂ ਦਾ ਕੰਮ ਜਾਂ ਹੋਰ ਕੰਮ ਲੋਕਲ ਵਾਲਿਆਂ ਨੂੰ ਪੁੱਛ ਕੇ ਬਾਈ ਕੋਈ ਤਕਲੀਫ ਕੋਈ ਇਹੋ ਜਿਹਾ ਕੁਛ ਹੋਇਆ ਤਾਂ ਨਹੀਂ? ਵੈਸੇ ਸਾਡੀ ਸਾਰੀ ਟੀਮ ਘੁੰਮ ਗਈ ਆਲੇ ਦੁਆਲੇ, ਸਾਰੀ ਇੱਕ ਟੀਮ ਘੁੰਮ ਗਈ ਸਾਡੀ ਵੀ ਬਾਈ ਸਾਡੇ ਵੱਲੋਂ ਕੋਈ ਤਕਲੀਫ ਆਈ ਹੋਵੇ ਤਾਂ। ਉਹਨਾਂ ਨੇ ਕਿਹਾ ਬਾਈ ਤੁਹਾਡਾ ਤੁਸੀਂ ਬਹੁਤ ਵਧੀਆ ਰਿਹਾ, ਕਿਉਂਕਿ ਸਾਡੀ ਤਾਂ ਸੇਲ ਹੀ ਵਧੀਆ, ਦੁਕਾਨਦਾਰਾਂ ਨੇ ਕਿਹਾ ਸਾਡੀ ਤਾਂ ਸੇਲ ਵਧੀਆ। ਇਸ ਕਰਕੇ ਜਦੋਂ ਅਸੀਂ ਚੰਡੀਗੜ੍ਹ ਅਸੀਂ ਦਿੱਲੀ ਤੋਂ ਆਇਆ ਭਾਦਰਗੜ੍ਹ ਤੋਂ, ਉਹ ਲੋਕ ਰੋਏ ਨੇ, ਉਹ ਸਾਡੇ ਚੁੱਲ੍ਹੇ ਦੀਆਂ ਇੱਟਾਂ ਚੱਕ ਕੇ ਲੈ ਗਏ, ਕਹਿੰਦੇ ਅਸੀਂ ਆਪਣੀ ਕੋਠੀ ਦੀਆਂ ਨਿਵਾਂ ਚਲਾਉਣੇ ਨੇ, ਸਾਡੇ ਚੁੱਲ੍ਹੇ ਦੀ ਰਾਖ ਲੈ ਗਏ, ਕਹਿੰਦੇ ਘਰ ਦੇ ਵਿੱਚ ਸਿੱਟਾ ਦੇਣਾ, ਕਿਉਂਕਿ ਪਵਿੱਤਰ ਅੰਦੋਲਨ ਸੀਗਾ। ਇਸ ਕਰਕੇ ਅੱਜ ਹੁਣ 5 ਦਿਨ ਦਾ ਅਸੀਂ ਇਹ ਸਾਖ ਛੱਡ ਕੇ ਗਿਆ ਚੰਡੀਗੜ੍ਹ ਡਿਊਟੀ ਦੇ ਵਿੱਚ ਲੋਕਾਂ ਵਾਸਤੇ। ਆਹ ਸਾਡੇ ਪੁਲਿਸ ਮੁਲਾਜ਼ਮ ਕਹਿ ਰਹੇ ਨੇ, ਆਹ ਸਾਡੇ CID ਵਾਲੀ ਭੈਣ ਖੜੀ ਆ, ਉਹ ਖੜੀ ਹੈ, ਉਹ ਮੈਨੂੰ ਕਹਿੰਦੀ ਪ੍ਰਧਾਨ ਜੀ ਤੁਹਾਡੀ ਜਥੇਬੰਦੀ ਦਾ ਡਿਸਿਪਲਿਨ ਅਸੀਂ ਸਲੂਟ ਕਰਦੇ ਹਾਂ ਵੀ ਕੋਈ ਬਿਲਕੁਲ ਪੀਸਫੁੱਲ ਹੀ ਰਿਹਾ, ਕੋਈ ਇੱਥੇ ਹਰਕਤ ਨਹੀਂ ਹੋਈ ਹੈਗੀ, ਠੀਕ ਹੈ ਨਾ। ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹ ਹਮੇਸ਼ਾ ਜਾਬਤੇ ਨਾਲ ਚੱਲਦੀ ਹੈ, ਡਿਸਿਪਲਿਨ ਨਾਲ ਚੱਲਦੀ ਹੈ ਜੀ। ਤਾਂ ਦੇਖੋ ਬਿਲਕੁਲ ਜਿਸ ਤਰ੍ਹਾਂ ਆਪਾਂ ਜ਼ਿਕਰ ਕਰ ਰਹੇ ਸੀ, ਹੁਣ ਦੇਖੋ ਲਗਾਤਾਰ ਗੱਡੀਆਂ ਜਾ ਰਹੀਆਂ ਨੇ, ਬੱਸਾਂ ਜਾ ਰਹੀਆਂ ਨੇ, ਪਰ ਉਸ ਤੋਂ ਬਾਅਦ ਵੀ ਕਹਿੰਦੇ ਕਿ ਸਾਡੀ ਡਿਊਟੀ ਲੱਗੀ ਹੈ ਕਿ ਜੇ ਇੱਥੇ ਸਾਰੇ ਜਦੋਂ ਚਲੇ ਗਏ ਉਦੋਂ ਬਾਅਦ ਲੋਕਾਂ ਦੇ ਵਿੱਚ ਕੋਈ ਜਥੇਬੰਦੀ ਬਾਰੇ ਗਲਤ ਮੈਸੇਜ ਨਾ ਜਾਵੇ। ਸਾਫ਼ ਸਫਾਈ ਤੱਕ ਵੀ ਕਹਿੰਦੇ ਕਿ ਅਸੀਂ ਮਗਰੋਂ ਇੱਥੇ ਧਿਆਨ ਰੱਖਣਾ, ਆਸ ਪਾਸ ਕਿਸੇ ਦੁਕਾਨਦਾਰ ਨੂੰ ਕਹਿੰਦੇ ਨੇ ਕਿ ਆਸ ਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਕੋਈ ਐਸਾ ਮੈਸੇਜ ਨਾ ਜਾਵੇ, ਔਰ ਇਹੀ ਦਾਅਵਾ ਵਾਰੀ ਵਾਰੀ ਕਰਦੇ ਨੇ ਕਿ ਅਸੀਂ ਇੱਕ ਡਿਸਿਪਲਿਨ ਇੱਕ ਅਨੁਸ਼ਾਸਨ ਵਾਲੀ ਜਥੇਬੰਦੀ ਆ, ਔਰ ਅਨੁਸ਼ਾਸਨ ਦੇ ਵਿੱਚ ਰਹਿ ਕੇ ਜ਼ਾਬਤੇ 'ਚ ਰਹਿ ਕੇ ਹੀ ਕਹਿੰਦੇ ਪ੍ਰਦਰਸ਼ਨ ਕੀਤਾ, ਹੁਣ ਵਾਪਸ ਜਾ ਰਹੇ ਹਾਂ। ਪਰ ਜਿਹੜੀ ਮੁੱਖ ਗੱਲ ਹੈ, ਇਹ ਜਥੇਬੰਦੀ ਇੱਕ ਸੁਖਦ ਸੁਨੇਹੇ ਦੇ ਨਾਲ ਇੱਥੋਂ ਜਾ ਰਹੀ ਹੈ, ਕਿਉਂਕਿ ਪੰਜਾਬ ਸਰਕਾਰ ਦੇ ਨਾਲ, ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਸੁਖਾਵੇਂ ਮਾਹੌਲ ਦੇ ਵਿੱਚ ਜਿਹੜੀ ਮੀਟਿੰਗ ਹੋਈ, ਜਿਹੜਾ ਚੰਗਾ ਸੁਨੇਹਾ ਲੈ ਕੇ ਗਏ ਨੇ, ਔਰ ਕਹਿੰਦੇ ਨੇ ਕਿ ਮੁੱਖ ਤੌਰ 'ਤੇ ਖੇਤੀ ਨੀਤੀ ਦਾ ਮਸਲਾ ਸੀ, ਖੇਤੀ ਨੀਤੀ ਦਾ ਮਸਲਾ ਹੱਲ ਕਰਨ ਵਾਲੇ ਪਾਸੇ ਤੁਰ ਪਿਆ, ਕਿਉਂਕਿ ਇਹ ਕੋਈ ਐਸੀਆਂ ਚੀਜ਼ਾਂ ਨਹੀਂ ਜਿਹੜੀਆਂ ਇੱਕ ਦਿਨ ਦੇ ਵਿੱਚ ਕੋਈ ਫੈਸਲਾ ਲਿਆ ਜਾਵੇ, ਪਰ ਹਾਂ ਗੱਲ ਚੰਗੇ ਵਾਲੇ ਪਾਸੇ ਤੁਰੀ ਹੈ ਜੀ।